ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨਮੋਲ ਸਿੰਘ ਗੁਲਾਟੀ। ਤੇ ਜਿਵੇਂ ਕਿ ਅੱਜ ਕੱਲ ਨਵੇਂ ਨਵੇਂ ਕਨਸੈਪਟਸ ਨੂੰ ਟਰਾਈ ਕੀਤਾ ਜਾ ਰਿਹਾ, ਨਵੇਂ ਨਵੇਂ ਐਕਸਪੈਰੀਮੈਂਟਸ ਕੀਤੇ ਜਾ ਰਹੇ ਨੇ ਬਾਲੀਵੁੱਡ ਇੰਡਸਟਰੀ 'ਚ, ਤੇ ਉਹ ਜੇ ਇੱਕ ਐਕਸਪੈਰੀਮੈਂਟ ਕੀਤਾ ਜਾ ਰਿਹਾ, ਇੱਕ ਹੋਰਰ ਮੂਵੀ ਤੇ ਇੱਕ ਕਾਮੇਡੀ ਨੂੰ ਮਿਕਸ ਕਰਕੇ ਮੂਵੀ ਆ ਰਹੀ ਹੈ ਬੂਮ ਐਂਡ ਡਰ ਗਈ। ਤੇ ਸਾਡੇ ਨਾਲ ਮੌਜੂਦ ਨੇ ਯੋਗਰਾਜ ਜੀ। ਸਭ ਤੋਂ ਪਹਿਲਾਂ ਯੋਗਰਾਜ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਯੋਗਰਾਜ ਜੀ, ਬੂਮ ਐਂਡ ਡਰ ਗਈ ਇੱਕ ਟਾਈਟਲ ਵੀ ਅਲੱਗ ਜਿਹਾ, ਠੀਕ ਹੈ, ਥੋੜੀ ਇਹਦੇ ਵਿੱਚ ਦਿਖ ਰਿਹਾ ਕਾਮੇਡੀ ਵੀ ਹੈ ਹੋਰਰ ਵੀ ਹੈ, ਕੀ ਦੱਸੋਗੇ ਇਸ ਮੂਵੀ ਬਾਰੇ, ਅਲੱਗ ਕੀ ਇਸ ਮੂਵੀ 'ਚ? ਬੜਾ ਕਾਮਨ ਜਿਹਾ ਸਵਾਲ ਤੁਸੀਂ ਪੁੱਛਿਆ। ਅਲੱਗ ਤਾਂ ਹਰ ਫਿਲਮ 'ਚ ਹੁੰਦਾ, ਡਿਪੈਂਡ ਕਰਦਾ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ, ਪਰ ਸ਼ਾਇਦ ਤੁਸੀਂ ਜੰਮੇ ਵੀ ਨਹੀਂ ਹੋਣੇ ਉਦੋਂ ਦਾ ਇਹ ਸ਼ਬਦ ਚੱਲਿਆ ਆ ਰਿਹਾ ਬੂਮ ਐਂਡ ਡਰ ਗਈ। ਔਰ ਇਹ ਪਿੰਡਾਂ 'ਚ ਬੜਾ ਉਦੋਂ ਯੂਜ਼ ਹੁੰਦਾ ਸੀ, ਲੋਕ ਲੁਕਣ ਮਿਚੀ ਵੀ ਖੇਡਦੇ ਸੀ, ਰਾਤ ਨੂੰ ਇੱਕ ਦੂਜੇ ਨਾਲ ਇਹਨੂੰ ਲੱਭਦੇ ਫਿਰਦੇ ਮੰਜਿਆਂ ਥੱਲੇ, ਉਦੋਂ ਵੀ ਉਹ ਬੂਮ ਐਂਡ ਡਰ ਗਈ ਬੜਾ ਲਫ਼ਜ਼ ਅਲਫਾਜ਼ ਯੂਜ਼ ਹੁੰਦਾ ਰਿਹਾ। ਔਰ ਮੇਰੇ ਲਈ ਬਹੁਤ ਵੱਡਾ ਟਾਈਟਲ ਹੈ। ਅਲੱਗ ਤਾਂ ਕੋਈ ਚੀਜ਼ ਨਹੀਂ ਹੁੰਦੀ, ਸਿਰਫ ਉਹਨੂੰ ਪੇਸ਼ ਕਰਨ ਦਾ ਅੰਦਾਜ਼ ਅਲੱਗ ਹੁੰਦਾ, ਔਰ ਉਹ ਡਾਇਰੈਕਟਰ 'ਤੇ ਡਿਪੈਂਡ ਕਰਦਾ ਕਿ ਡਾਇਰੈਕਟਰ ਉਸ ਚੀਜ਼ ਨੂੰ ਕਿਵੇਂ ਪੇਸ਼ ਕਰਦਾ, ਔਰ ਉਹਦਾ ਜਿਹੜਾ ਬੇਸ ਹੈ ਇੱਕ ਰਾਈਟਰ ਹੁੰਦਾ। ਮੈਂ ਸਮਝਦਾ ਕਿ ਰਾਜੂ ਵਰਮਾ ਇੱਕ ਬੜਾ ਬ੍ਰਿਲੀਅੰਟ ਰਾਈਟਰ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲਿਆ ਹੋਇਆ, ਔਰ ਉਹਦੇ ਮੋਢਿਆਂ 'ਤੇ ਕਾਫੀ ਰਿਸਪੋਂਸੀਬਿਲਿਟੀ ਹੈ, ਬੋਝ ਹੈ, ਜਿਹੜਾ ਕਿ ਮੈਂ ਉਹਨੂੰ ਸਮਝਾਇਆ ਸੀ ਕਿ ਆਪਾਂ ਫਿਲਮ ਲਿਖਾਂਗੇ, ਵਧੀਆ ਲਿਖਾਂਗੇ ਤਾਂ ਕਿ ਸਾਡੀ ਫਿਲਮ ਬਣੇ। ਤਾਂ ਮੇਰੇ ਲਈ ਇੰਪੋਰਟੈਂਟ ਇਹ ਹੈ ਕਿ ਪ੍ਰੋਡਿਊਸਰ ਦੀਆਂ 10 ਫਿਲਮਾਂ ਅਗਲੀਆਂ ਤਿਆਰ ਹੋਣ ਉਸ ਫਿਲਮ ਦੇ ਵਿੱਚ। ਸੋ ਫਿਲਮ ਦਾ ਵਿੱਚ ਜਿਹੜਾ ਇੱਕ ਆਪਣੇ ਪਹਾੜੀ ਪਿੰਡ ਜਿਹੜੇ ਹੈਗੇ ਨੇ, ਜਿਸ ਤਰ੍ਹਾਂ ਲੋਕ ਉੱਥੇ ਕੱਚੇ ਘਰਾਂ 'ਚ ਰਹਿੰਦੇ ਸੀ, ਕਿਸ ਤਰ੍ਹਾਂ ਉਹ ਰਾਤ ਨੂੰ ਸਰਦੀ ਹੁੰਦੀ ਸੀ, ਕਿਸ ਤਰ੍ਹਾਂ ਆਪਣੇ ਨੂੰ ਮਤਲਬ ਗਰਮ ਰੱਖਦੇ ਸੀ, ਕਿਵੇਂ ਉੱਥੇ ਰੋਟੀਆਂ ਬਣਦੀਆਂ ਸੀ, ਕਿਵੇਂ ਉੱਥੇ ਕਲਚਰ ਸੀਗਾ, ਕਿਵੇਂ ਇੱਕ ਦੂਜੇ ਨਾਲ ਉਹ ਬੜਾ ਉਹਨਾਂ ਦਾ ਇਹਨਾਂ ਵਾਰਤਾਲਾਪ ਸੀ, ਪਿਆਰ ਸੀ। ਅਤੇ ਥੋੜ੍ਹੀ ਜਿਹੀ ਮੇਰੇ ਖਿਆਲ ਲੈਂਗੁਏਜ ਜਿੱਦਾਂ ਲੋਕ ਪਹਾੜ 'ਚ ਰਹਿੰਦੇ ਨੇ, ਥੋੜ੍ਹਾ ਉਹਦਾ ਐਕਸੈਂਟ ਵੀ ਸ਼ਾਇਦ ਉਹ ਚੇਂਜ ਕਰਨਾ, ਜੇ ਮੈਨੂੰ ਪਤਾ ਨਹੀਂ ਹੈ। ਸੋ ਆਈ ਥਿੰਕ ਇੱਕ ਐਸੀ ਫਿਲਮ ਹੈ ਜਿਹਦੇ ਵਿੱਚ ਤੁਹਾਨੂੰ ਅਲੱਗ ਇਸ ਕਰਕੇ ਕਿਉਂਕਿ ਇੱਕ ਪਹਾੜੀ ਕਲਚਰ ਹੈ, ਪਹਾੜ ਦੇ ਵਿੱਚ ਜਦ ਪੰਜਾਬ ਤਿੱਬਤ ਤੋਂ ਲੈ ਕੇ ਅਫਗਾਨਿਸਤਾਨ ਤੱਕ ਸੀਗਾ, ਉਦੋਂ ਲੋਕ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਰਹਿੰਦੇ ਸੀ। ਸੋ ਆਈ ਥਿੰਕ ਇਟਸ ਅ ਵੈਰੀ ਗੁੱਡ ਫਿਲਮ। ਅਤੇ ਮਤਲਬ ਪਾਰਟੀਸ਼ਨ ਤੋਂ ਪਹਿਲਾਂ ਜਦੋਂ ਜਦੋਂ ਪੰਜਾਬ ਦੇ ਅਲੱਗ ਅਲੱਗ ਪਾਰਟੀਸ਼ਨ ਨਹੀਂ ਹੋਏ ਸੀਗੇ, ਉਸ ਟਾਈਮ 'ਤੇ ਤੁਸੀਂ ਮੂਵੀ ਦਿਖਾ ਰਹੇ ਹੋ, ਅਤੇ ਤੁਹਾਡੇ ਨਾਲ ਆਰਟਿਸਟ ਵੀ ਕਾਫੀ ਗੱਲ ਨਹੀਂ ਤੁਹਾਡੀ ਸਮਝ ਆਉਂਦੀ। ਤੁਸੀਂ ਇਹ ਸਵਾਲ ਬੜੀ ਵਾਰੀ ਪੁੱਛਦੇ ਹੋ ਵੀ ਪਾਰਟੀਸ਼ਨ ਹੋ ਗਈ, ਫਲਾਨਾ ਹੋ ਗਈ, ਪਾਰਟੀਸ਼ਨ ਤੋਂ ਪਹਿਲਾਂ ਅਤੇ ਪਾਰਟੀਸ਼ਨ ਤੋਂ ਬਾਅਦ। ਗੱਲ ਤਾਂ ਸਮੇਂ ਦੀ ਹੈ, ਉਹ ਤੁਸੀਂ ਹੁਣ ਦੋ ਭਰਾ ਰਹਿੰਦੇ ਹੋ, ਤੁਹਾਡੇ ਵਿੱਚ ਕੰਧ ਨਿਕਲ ਜਾਵੇ ਤਾਂ ਤੁਹਾਡਾ ਕਲਚਰ 'ਤੇ ਨਹੀਂ ਡਿਫਰੈਂਸ਼ੀਏਟ ਹੋ ਸਕਦਾ ਨਾ, ਕਲਚਰ 'ਤੇ ਉਹੀ ਹੋਣਾ। ਸੋ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜੋ ਵੀ ਚੀਜ਼ ਆਪਾਂ ਦਿਖਾ ਰਹੇ ਹਾਂ ਉਹ ਚੀਜ਼ ਇਸ ਕਰਕੇ ਦਿਖਾ ਰਹੇ ਹਾਂ ਕਿ ਉਹ ਸਮੇਂ ਸਮੇਂ ਸਿਰ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਸੀ, ਇਹਦੇ ਨਾਲ ਪਾਰਟੀਸ਼ਨ ਦਾ ਕੋਈ ਕੰਸਰਨ ਨਹੀਂ ਹੈਗਾ। ਸੋ ਵੀ ਆਰ ਸ਼ੋਇੰਗ ਇਫ ਯੂਰ ਸ਼ੂਟਿੰਗ ਅ ਫਿਲਮ ਆਫ 57s, 47s, 37s, 35 ਜਾਂ ਯੂ ਨੋ 1990 ਜਾਂ ਕਿਤੇ ਪਿੱਛੇ 18, ਸੋ ਆਈ ਥਿੰਕ ਹਰ 20 ਸਾਲ ਬਾਅਦ ਇੱਕ ਕਲਚਰ ਬਦਲਦਾ, ਸੋ ਹਰ 20 ਸਾਲ ਬਾਅਦ ਇੱਕ ਡਿਫਰੈਂਟ ਸਟੇਟ ਆਉਂਦੀ ਹੈ। ਸੋ ਆਈ ਥਿੰਕ ਬੜਾ ਇੰਪੋਰਟੈਂਟ ਇਸ ਗੱਲ ਨੂੰ ਇਸ ਤਰ੍ਹਾਂ ਕਹਿਣਾ ਕਿ ਕੋਈ ਆਪਾਂ ਉਸ ਸਮੇਂ ਦੀ ਕਹਾਣੀ ਦੱਸ ਰਹੇ ਹਾਂ ਜਿਸ ਸਮੇਂ 'ਚ ਲੋਕ ਪਿੰਡਾਂ ਦੇ ਵਿੱਚ ਇਕੱਠੇ ਰਹਿੰਦੇ ਹੁੰਦੇ ਸੀ। ਚਲੋ ਪੁਰਾਣੇ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਆਰਟਿਸਟ ਵੀ ਕਾਫੀ ਇਹਦੇ ਵਿੱਚ ਨੇ, ਅਤੇ ਇੱਕ ਨਵਾਂ ਆਰਟਿਸਟ ਵੀ ਹੈ, ਇੱਕ ਯੰਗ ਆਰਟਿਸਟ ਵੀ ਇਹਦੇ ਵਿੱਚ ਹੈ, ਅਤੇ ਤੁਸੀਂ ਉਹਨਾਂ ਦੇ ਨਾਲ ਹਜੇ ਤੱਕ ਜ਼ਿਆਦਾ ਸ਼ਾਇਦ ਸ਼ੂਟਿੰਗ ਤਾਂ ਨਹੀਂ ਹੋਈ, ਲੇਕਿਨ ਇੰਟਰੈਕਸ਼ਨ ਜਿੰਨੀ ਹੋਈ ਹੈ ਉਹਦੇ ਵਿੱਚ ਤੁਹਾਨੂੰ ਕਿਹੋ ਜਿਹੇ ਲੱਗੇ, ਜਿੰਨੀ ਵੀ ਸਟਾਰ ਕਾਸਟ ਹੈ, ਕਿਹੋ ਜਿਹਾ ਐਕਸਪੀਰੀਅੰਸ ਹਜੇ ਤੱਕ ਰਿਹਾ? ਅੱਜ ਤੱਕ ਤਾਂ ਅਸੀਂ ਕੁਛ ਕੀਤਾ ਨਹੀਂ, ਤਕਰੀਬਨ ਜਿੰਨੇ ਆਰਟਿਸਟ ਹੈਗੇ ਉਹਨਾਂ ਸਾਰਿਆਂ ਨਾਲ ਮੈਂ ਕੰਮ ਕਰ ਚੁੱਕਿਆ। ਔਰ ਛੋਟਾ ਬੱਚਾ ਹੈ ਅਨਮੋਲ, ਰਾਜੂ ਜੀ ਦਾ ਬੇਟਾ, ਉਹ ਮੇਰੇ ਪੋਤੇ ਵਰਗਾ, ਔਰ ਇਹ ਇਜ਼ ਅ ਬ੍ਰਿਲੀਅੰਟ ਐਕਟਰ, ਉਹਦੇ ਨਾਲ ਇੰਟਰੈਕਸ਼ਨ ਕਾਫੀ ਮੇਰੀ ਰਹਿੰਦੀ ਹੈ ਐਜ਼ ਅ ਗ੍ਰੈਂਡ ਫਾਦਰ, ਐਜ਼ ਅ ਗ੍ਰੈਂਡ ਸਨ। ਸੋ ਆਈ ਥਿੰਕ ਉਹ ਇੱਕ ਐਸਾ ਐਕਟਰ ਹੈ ਜਿਹੜਾ ਕਿ ਬੜਾ ਕੌਨਫੀਡੈਂਟ, ਔਰ ਮੇਰੇ ਹਿਸਾਬ ਨਾਲ ਉਹ ਵੱਡਾ ਹੋਏਗਾ, ਬਹੁਤ ਜ਼ਿਆਦਾ ਸੁਪਰ ਸਟਾਰ ਬਣੇਗਾ, ਬੜਾ ਅੱਛਾ ਐਕਟਰ ਬਣੇਗਾ, ਔਰ ਸਭ ਨਾਲ ਮੈਂ ਕੰਮ ਕਰ ਚੁੱਕਿਆ, ਔਰ ਆਈ ਐਮ ਵੈਰੀ ਕੰਫਰਟੇਬਲ ਵਿਦ ਐਵਰੀਬਡੀ। ਅਤੇ ਵਿਊਅਰਸ ਕੀ ਕਿਹੋ ਜਿਹੀ ਇੱਕ ਮੂਵੀ, ਕਿਹੋ ਜਿਹਾ ਇੱਕ ਨਵਾਂ ਕਨਸੈਪਟ ਐਕਸਪੈਕਟ ਕਰਨ, ਕਿਉਂਕਿ ਇਸ ਮੂਵੀ 'ਚ ਸ਼ਾਇਦ ਹੋਰਰ ਵਗੈਰਾ ਸ਼ਾਇਦ ਬਾਲੀਵੁੱਡ ਇੰਡਸਟਰੀ 'ਚ ਆਪਾਂ ਜ਼ਿਆਦਾ ਨਹੀਂ ਵੇਖੀ, ਅਤੇ ਨਾਲ ਹੀ ਬਾਲੀਵੁੱਡ ਇੰਡਸਟਰੀ ਦੀ ਜੇ ਗੱਲ ਕਰੀਏ ਤਾਂ ਸਿਰਫ ਕਾਮੇਡੀ ਨੂੰ ਹੀ ਕੈਰੀ ਫਾਰਵਰਡ ਕੀਤਾ ਜਾ ਰਿਹਾ, ਜਾਂ ਕੋਈ ਕਨਸੈਪਟ ਚੱਲਦਾ ਉਦੋਂ ਹੀ ਉਹਨੂੰ ਹੀ ਕੈਰੀ ਫਾਰਵਰਡ ਕੀਤਾ ਜਾ ਰਿਹਾ, ਤਾਂ ਇਹਦੇ ਵਿੱਚ ਵੀ ਸਿਰਫ ਕਾਮੇਡੀ ਹੈ ਜਾਂ ਕੁਛ ਅਲੱਗ, ਕੁਛ ਸਟੋਰੀ ਲਾਈਨ ਤੁਸੀਂ ਲੈ ਕੇ ਆ ਰਹੇ ਹੋ ਕੁਛ ਅਲੱਗ? ਇੱਕ ਸਵਾਲ ਹੈ ਕਿ ਜੀ ਸਿੰਗਰ ਹੀਰੋ ਕਿਉਂ ਬਣ ਗਏ? ਮੈਂ ਕਮਾਲ ਹੋ ਗਈ, ਜੇ ਰੱਬ ਨੇ ਕਿਸੇ ਨੂੰ ਹੁਨਰ ਦਿੱਤਾ ਹੈ ਅਤੇ ਉਹ ਗਾਣਾ ਗਾਉਂਦਾ ਹੀਰੋ ਸਟਾਰ ਬਣ ਗਿਆ ਹੈ ਤਾਂ ਯੂ ਸ਼ੁੱਡ ਐਪਰੀਸ਼ੀਏਟ, ਹੈਂਜੀ। ਅਤੇ ਸਵਾਲ ਤੁਹਾਡਾ ਵੀ ਉਹੀ ਹੋ ਗਿਆ ਕਿ ਵੀ ਕਾਮੇਡੀ ਚੱਲ ਰਹੀ ਹੈ, ਯਾਰ ਕਾਮੇਡੀ ਇਨਸਾਨ ਦੀ ਖੁਰਾਕ ਹੈ, ਹੱਸਣਾ ਇੱਕ ਇਨਸਾਨ ਦੀ ਖੁਰਾਕ ਹੈ। ਕਿੰਨੀਆਂ ਫਿਲਮਾਂ ਬਣ ਰਹੀਆਂ, ਸੱਜਣ ਸਿੰਘ ਨਗਰੂੜ ਦੇ ਵਿੱਚ ਕਾਮੇਡੀ ਸੀਗੀ,
ਔਰ ਲੇਕਿਨ ਸਟਲ ਕਾਮੇਡੀ ਸੀਗੀ ਅਤੇ ਕਾਮੇਡੀ ਆਪਣੀ ਚੱਲ ਰਹੀ ਹੈ ਅਤੇ ਕਾਮੇਡੀ ਮੇਨ ਮਿੱਤਰ ਹੋਣਾ ਦੇ ਟਾਈਮ ਤੋਂ ਖਰੈਤੀ ਭੈਂਗੇ ਦੇ ਟਾਈਮ ਤੋਂ ਚੱਲ ਰਹੀ ਹੈ ਅਤੇ ਕਾਮੇਡੀ ਇਜ਼ ਅ ਵੈਰੀ ਇੰਪੋਰਟੈਂਟ ਫੈਕਟਰ ਆਫ ਦੀ ਫਿਲਮ ਬੜੀ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਔਰ ਮੈਂ ਸਮਝਦਾ ਕਾਮੇਡੀ ਇੱਕ ਐਸਾ ਫੈਕਟਰ ਹੈ ਜਿਹੜਾ ਰਹਿਣਾ ਚਾਹੀਦਾ ਤੁਸੀਂ ਮਹਿਮੂਦ ਸਾਹਿਬ ਨੂੰ ਦੇਖੋ ਇੱਕ ਟਾਈਮ 'ਤੇ ਉਹ ਹੀਰੋ ਤੋਂ ਜ਼ਿਆਦਾ ਪੈਸੇ ਲੈਂਦੇ ਹੁੰਦੇ ਸੀ ਠੀਕ ਹੈ ਜੀ ਅਤੇ ਹੀ ਵਾਜ਼ ਅ ਸਟਾਰ ਜਿਵੇਂ ਮੇਹਰ ਮਿੱਤਲ ਜੀ ਸਟਾਰ ਸੀ ਸੋ ਵਾਈ ਆਰ ਵੀ ਕੰਡੈਮਿੰਗ ਕਾਮੇਡੀ ਆਲ ਦਾ ਟਾਈਮ ਆਵਰ ਕਾਮੇਡੀ ਇਜ਼ ਡੂਇੰਗ ਵੈਰੀ ਵੈਲ ਸਾਰੇ ਵਰਲਡ ਵਾਈਡ ਲੋਕ ਕਾਮੇਡੀ ਨੂੰ ਬੜਾ ਪਸੰਦ ਕਰ ਰਹੇ ਆ ਲੇਕਿਨ ਹਾਂ ਜਿਹੜੀ ਗੱਲ ਸ਼ਾਇਦ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਨਹੀਂ ਪਾ ਰਹੇ ਉਹ ਹੈ ਕਿ ਕੰਟੈਂਟ ਅੱਛਾ ਹੋਣਾ ਚਾਹੀਦਾ ਤੁਹਾਡਾ ਕਾਮੇਡੀ ਵੇਟ ਵੇਟ ਲਿਸਨ ਟੂ ਮੀ ਕੰਟੈਂਟ ਅੱਛਾ ਹੋਣਾ ਚਾਹੀਦਾ ਕੰਟੈਂਟ ਮੀਨਸ ਦ ਸਟੋਰੀ ਫੈਕਟਰ ਜਿਹੜੀ ਸਟੋਰੀ ਫੈਕਟਰ ਹੈ ਉਹ ਸਟੋਰੀ ਲਿਖਣ ਵਾਲੇ ਦੇ ਹੱਥ 'ਚ ਹੁੰਦੀ ਹੈ ਔਰ ਜਦ ਤੱਕ ਸਟੋਰੀ ਰਾਈਟਰ ਆਪਣੇ ਆਪ ਨਾਲ ਵਫਾ ਨਹੀਂ ਕਰਦਾ ਤਦ ਤੱਕ ਫਿਲਮ ਚੰਗੀ ਨਹੀਂ ਬਣ ਸਕਦੀ ਭਾਵੇਂ ਕਾਮੇਡੀ ਬਣਾ ਲਓ ਤੁਸੀਂ ਠੀਕ ਹੈ ਸੋ ਆਈ ਥਿੰਕ ਰਾਜੀਵ ਵਰਮਾ ਇਜ਼ ਵਨ ਰਾਈਟਰ ਜਿਸ ਨੂੰ ਮੈਂ ਬੜਾ ਮੁਆਜ਼ਬ ਰਾਈਟਰ ਸਮਝਦਾ ਔਰ ਮੈਂ ਮੇਰੀ ਅਪੀਲ ਹੈ ਉਹਨੂੰ ਔਰ ਮੇਰੀ ਗੱਲ ਮੰਨਦਾ ਵੀ ਹੈ ਕਿ ਆਪਾਂ 10 ਫਿਲਮਾਂ 20 ਫਿਲਮਾਂ ਨਹੀਂ ਲਿਖਣੀਆਂ ਸਾਲ ਦੀਆਂ ਪੈਸੇ ਨਹੀਂ ਕਮਾਉਣੇ ਪੈਸੇ ਵੀ ਆਪਾਂ ਕਮਾਉਣੇ ਆ ਲੇਕਿਨ ਆਪਾਂ ਸਟੋਰੀ ਉਹ ਲਿਖਣੀ ਹੈ ਜਿਹਦਾ ਕੰਟੈਂਟ ਚੰਗਾ ਠੀਕ ਹੈ ਜੀ ਜੇ ਤੁਹਾਡੇ ਕੋਲ 10 ਕਾਮੇਡੀ ਪਿਕਚਰਸ ਨੇ ਔਰ 10ਾਂ ਦੇ 10 ਕੰਟੈਂਟ ਕਮਾਲ ਦੇ ਨੇ ਵੈਰੀ ਗੁੱਡ ਵਾਈ ਨੋਟ ਜਿਵੇਂ ਤੁਸੀਂ ਗੱਲ ਕੀਤੀ ਹਿਊਮਰ ਤਾਂ ਹੀ ਅੱਛਾ ਲੱਗਦਾ ਜਦੋਂ ਸਟੋਰੀ ਲਾਈਨ ਵਧੀਆ ਹੋਵੇ ਰੋਣ ਤਾਂ ਜਾਂਦੇ ਨਹੀਂ ਸਿਨੇਮੇ 'ਚ ਬਿਲਕੁਲ ਬਿਲਕੁਲ ਉਹ ਪਿੱਟਦੇ ਜਾਂਦੇ ਹੋ ਤੇ ਘਰੇ ਵੀ ਉੱਥੇ ਜਾ ਕੇ ਪਿੱਟੋ ਤਾਂ ਕੀ ਫਾਇਦਾ ਨਹੀਂ ਨਹੀਂ ਤੁਹਾਡੀ ਗੱਲ ਠੀਕ ਹੈ ਸਟੋਰੀ ਲਾਈਨ ਜਾ ਕੇ ਤੁਸੀਂ ਯੂ ਇੰਜੋਏ ਯੋਰਸੈਲਫ ਐਂਡ ਯੂ ਹੈਵ ਅ ਗੁੱਡ ਸਟੋਰੀ ਟੂ ਬ੍ਰਿੰਗ ਅ ਮੈਸੇਜ ਹੋਮ ਬਿਲਕੁਲ 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 ਤੇ ਆਪਣੇ ਫੈਨਸ ਨੂੰ ਆਪਣੇ ਫਾਲੋਅਰਸ ਨੂੰ ਇੱਕ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਬਹੁਤ ਧੰਨਵਾਦੀ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੁਹਾਡਾ ਦੇਣਾ ਮੈਂ ਦੇ ਨਹੀਂ ਸਕਦਾ ਔਰ ਤੁਹਾਡੇ ਪਿਆਰ ਦੇ ਸਦਕੇ ਉਸ ਖੁਦਾ ਦੀ ਰਹਿਮਤ ਦੇ ਸਦਕੇ ਮੀਡੀਆ ਦੇ ਸਦਕੇ ਜਿਹੜਾ ਮੈਨੂੰ ਅਵਾਰਡ ਮਿਲਿਆ ਐਤਕੀ ਲੰਡਨ ਦੇ ਵਿੱਚ ਸਟਾਰ ਆਫ ਦ ਮਿਲੀਨੀਅਮ ਮੈਂ ਸਾਰਾ ਦਾ ਸਾਰਾ ਅਵਾਰਡ ਤੁਹਾਨੂੰ ਡੋਨੇਟ ਕਰਦਾ ਤੁਹਾਡੇ ਕਰਕੇ ਸਭ ਕੁਝ ਹੋਇਆ ਇਟ ਇਜ਼ ਆਲ ਬਿਕੋਜ਼ ਆਫ ਯੂ ਔਰ ਇਹ ਅਵਾਰਡ ਮੇਰੀ ਸਾਰੇ ਪੰਜਾਬੀ ਫਿਲਮ ਫਿਟਰਨਿਟੀ ਨੂੰ ਟੂ ਦੀ ਇੰਟਾਇਰ ਪ੍ਰੈਸ ਟੂ ਦੀ ਇੰਟਾਇਰ ਪੰਜਾਬੀਅਤ ਟੂ ਦੀ ਹੋਲ ਵਰਲਡ ਜਿੱਥੇ ਪੰਜਾਬੀਅਤ ਰਹਿ ਰਹੇ ਨੇ ਔਰ ਉਸ ਪਰਮਾਤਮਾ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੈ ਗੋਡ ਬਲੈਸ ਯੂ ਲਵ ਯੂ ਆਲ ਧੰਨਵਾਦ ਜੀ ਆ ਸੀਗੇ ਸਾਡੇ ਨਾਲ ਯੋਗਰਾਜ ਜੀ ਜਿਨ੍ਹਾਂ ਦੀ ਮੂਵੀ ਆ ਰਹੀ ਹੈ ਬੂ ਮੈਂ ਡਰ ਗਈ ਅਤੇ ਜਿਵੇਂ ਕਿ ਹਮੇਸ਼ਾ ਹੀ ਇਹਨਾਂ ਨੂੰ ਕਾਫੀ ਪਿਆਰ ਮਿਲਿਆ ਜਨਤਾ ਤੋਂ ਵੇਖਣ ਵਾਲੀ ਵਾਰ ਗੱਲ ਹੋਵੇਗੀ ਕਿ ਇਸ ਕੰਸੈਪਟ ਨੂੰ ਇਸ ਮੂਵੀ ਨੂੰ ਕਿੰਨਾ ਕੁ ਪਿਆਰ ਮਿਲਦਾ ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ ਦੈਨਿਕ ਸਵੇਰਾ ਚੰਡੀਗੜ੍ਹ